हेलो, मेरा नाम चौधरी राजेंद्र नीचे रहेगा से मैं पंडोरी में जरा था जट्टा का जिन्ना चे तुसी ब्रह्म के नहीं बेटे बनते पाप ब्रह्म की सुरती नहीं होंगी। इन अपने कच्चे प्यो दे बनो फिर पक्के प्यो दे बनोगे। जिड़ी अपने एक भांडा हैगा भांडा पॉटर इसे करके ब्रह्मा नु प्रजापति भी कहते ने। क्यों ए ਜਿਹੜਾ ਹੈਗਾ ਪਰਜਾਪਤ ਘੁਮਿਆਰ ਹੈਗਾ ਨਾ ਆਪਣਾ ਉਹਨੂੰ ਘੁਮਿਆਰ ਭਾਂਡੇ ਬਣਾਉਣ ਦਾ ਕੋਈ ਘੜਾ ਕੋਈ ਲੋਟਾ ਕੁਛ ਏਦਾਂ ਹੀ ਬ੍ਰਹਮਾ ਨੇ ਆਦਮੀ ਬਣਾਇਆ ਕੋਈ ਹਾਥੀ ਬਣਾਇਆ ਕੋਈ ਬਾਂਦਰ ਬਣਾਇਆ। ਜਿਹੜਾ ਅੰਦਰ ਰੂਹ ਹੈਗੀ ਉਹ ਪਾਰ ਬ੍ਰਹਮ ਦੀ ਉਹ ਦਿਸਦੀ ਨਹੀਂ ਹੈਗੀ ਉਹ ਪੇਖੀ ਦੀ ਹੈਗੀ। ਆ ਦੇਖ ਦੇਖੀ ਦਾ ਹੈਗਾ ਉਹ ਪੇਖੀ ਦਾ ਹੈਗਾ ਪੇਖੀ ਦਾ ਤੀਜੀ ਮਨ ਦੀ ਅੱਖ ਨਾਲ ਜੇ ਉਹ ਖੁੱਲੀ ਹੋਵੇ ਪੇਖ ਨਾਲ ਹੀ ਜੇ ਉਹ ਨਾ ਖੁੱਲੀ ਹੋਵੇ ਉਹਦੇ ਉਹਦੇ ਗ੍ਰੇਸ ਨਾਲ ਉਹਦੀ ਨਜ਼ਰ ਨਾਲ ਉਹ ਖੁੱਲਦੀ ਹੈਗੀ। ਕਰਮ ਹੋਣ ਤਾਂ ਸਤਿਗੁਰੂ ਪਾਈਏ ਜੇ ਕਰਮ ਪਿੱਛੇ ਕੀਤੇ ਹੋਣ ਚੰਗੇ ਜਨਮਾਂ 'ਚ ਫਿਰ ਤੁਹਾਨੂੰ ਇਸ ਜਨਮ ਵਿੱਚ ਸਤਿਗੁਰੂ ਮਿਲਦਾ ਹੈਗਾ। ਸਤਿਗੁਰੂ ਦੇ ਰਾਹੀਂ ਤੁਸੀਂ ਮੁਕਤੀ ਪਾਉਂਦੇ ਹਾਂ। ਕਈਆਂ ਨੂੰ ਸੁਰਤੀ ਆਉਂਦੀ ਹੈਗੀ ਉਹ ਇਸ ਮਾਇਆ ਨੂੰ ਪੈ ਜਾਂਦੇ ਨੇ ਡੁੱਟਣ ਲੁੱਕਣ ਨੂੰ ਜਿੱਦਾਂ ਪ੍ਰਿਥੀ ਚੰਦ ਸੀਗਾ ਤੇ ਸਤਿਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਉਹ ਅਕਾਲ ਪੁਰਖ ਦੀ ਮਾਇਆ ਨੂੰ ਪੈ ਪਾਰ ਬ੍ਰਹਮ ਦੀ ਮਾਇਆ ਨੂੰ। ਇਸ ਦੇ ਬਾਰੇ ਸਾਰਾ ਕੁਛ ਮੈਂ ਦੱਸਿਆ ਮੇਰੇ ਹੋਰਾਂ ਵੀਡੀਓ ਵਿੱਚ ਪਰ ਕਿਤਾਬ ਇੱਕ ਲਿਖੀ ਗਈ ਕੱਖ ਖੁੱਲੇ ਲੱਖ ਉਹਦੇ 'ਚ ਵੀ ਦੱਸਿਆ ਹੈਗਾ ਅਤੇ ਬਾਕੀ ਉਹਦੀ ਰਿਵੀਜ਼ਨ ਕਰਨ ਵਾਲੀ ਹੈਗੀ ਅਤੇ ਜੇ ਕੋਈ ਸਾਥ ਦੇਵੇ ਤਾਂ ਬੜੀ ਖੁਸ਼ੀ ਨਾਲ ਆਪਾਂ ਰਿਵੀਜ਼ਨ ਕਰੀਏ ਅਤੇ ਉਹਨੂੰ ਮੁਕੰਮਲ ਕਰ ਲਈਏ ਕਿ ਹੁਣ ਕਲਯੁੱਗ ਦਾ ਖਾਤਮਾ ਹੋਣ ਵਾਲਾ ਹੈਗਾ ਦੂਰ ਨਹੀਂ ਹੈਗਾ। ਜਿਹੜਾ ਇਸ ਦੁਨੀਆਂ 'ਚ ਬੰਦੇ ਜਿਹੜੇ ਰਹਿੰਦੇ ਨੇ ਉਹ ਬ੍ਰਹਮਾ ਨੇ ਇੱਕ ਨਮੂਨੇ ਦੇ ਆਦਮੀ ਪੇਸ਼ ਕੀਤੇ ਨੇ ਜਿਹਨਾਂ ਨੂੰ ਚੋਜ਼ਨ ਪੀਪਲ ਕਹੀਦਾ ਹੈਗਾ। ਇਹ ਜਿਹੜਾ ਸੀਗਾ ਆਪਣਾ ਇਬਰਾਹਿਮ ਇਹ ਸਮੈਟਿਕ ਰੇਸ ਦਾ ਸੀਗਾ ਨਾ ਸਮੈਟਿਕ ਹੁੰਦੀ ਨਾ ਏਰੀਅਨ ਅਤੇ ਨਾ ਨੀਗਰੋ ਮਿਕਸ ਹੁੰਦਾ ਦੋਨਾਂ ਦਾ ਨਾ ਉਹ ਉਹਨਾਂ ਨੂੰ ਨਫ਼ਰਤ ਕਰਦੇ ਸੀ ਨਾ ਉਹਨਾਂ ਨੂੰ। ਇਸੇ ਕਰਕੇ ਜਿਹੜਾ ਮਿਡਲ ਈਸਟ 'ਚ ਇਜ਼ਰਾਇਲ ਜਿਹੜਾ ਸੀਗਾ ਇੱਥੇ ਉਹ ਮੰਦਰ ਸੀਗਾ ਹਰਿਮੰਦਰ ਇਹਦੇ ਆਲੇ ਦੁਆਲੇ ਪਰਦਾ ਹੁੰਦਾ ਸੀਗਾ ਹੋਲੀਐਸਟ ਆਫ ਹੋਲੀ ਉੱਥੋਂ ਇਹ ਡੱਠਾ ਜਦੋਂ ਜੀਜ਼ਸ ਨੂੰ ਮਾਰਿਆ ਫਿਰ ਜਿੱਥੇ ਦੂਜਾ ਆਉਣਾ ਸੀ ਸਤਿਗੁਰੂ ਉੱਥੇ ਬਣਨਾ ਸੀ ਨਾਨਕ ਦੂਜਾ ਹੈ ਨਾ ਸੈਕਿੰਡ ਕਮਿੰਗ ਆਫ ਜੀਜ਼ਸ। ਇਸੇ ਕਰਕੇ ਹਰਿਮੰਦਰ ਜਿਹੜਾ ਉਸੇ ਸਾਈਜ਼ ਦਾ ਹੈਗਾ ਜਿਹੜਾ ਕਿ ਉੱਥੇ ਹੋਲੀਐਸਟ ਆਫ ਹੋਲੀ ਹੁੰਦਾ ਸੀ ਜਿਹਦੇ ਆਲੇ ਦੁਆਲੇ ਪਰਦਾ ਹੁੰਦਾ ਸੀਗਾ ਅਤੇ ਜਿਹੜਾ ਇਹ ਚੀਜ਼ ਖੜ੍ਹਾ ਹੈਗਾ ਆਪਣੇ ਤਲਾਅ 'ਚ ਉਹਨੂੰ ਕਹਿੰਦੇ ਸੀ ਬੇਸੜਾ ਪੂਲ ਆਫ ਮਰਸੀ ਉਹਦੇ 'ਚ ਵੀ ਇਹੋ ਸ਼ਕਤੀ ਹੁੰਦੀ ਸੀ ਪਾਣੀ ਹਿਲਦਾ ਸੀ ਜਿਹੜਾ ਵੜ ਗਿਆ ਵਿੱਚ ਪਹਿਲਾਂ ਉਹ ਤੰਦਰੁਸਤ ਹੋ ਜਾਂਦਾ ਸੀ। ਬਹੁਤ ਕੁਛ ਚੀਜ਼ਾਂ ਜਿਹੜੀਆਂ ਉੱਥੋਂ ਚੱਕ ਕੇ ਇੱਥੇ ਮਾਰੀਆਂ ਨੇ ਪਰਮਾਤਮਾ ਨੇ ਉਹਨਾਂ ਨੂੰ ਉਹ ਕੋਸ਼ਿਸ਼ ਕੀਤੀ ਉਹਨਾਂ ਨੇ ਬਣਾਉਣ ਦੀ ਦੁਬਾਰਾ ਉਸ ਮੰਦਰ ਨੂੰ ਨਹੀਂ ਬਣ ਸਕਦਾ ਜੀਜ਼ ਕਹਿ ਗਿਆ ਸੀ ਨਾਟ ਵਨ ਬ੍ਰਿਕ ਵਿਲ ਬੀ ਲਾਇੰਗ ਔਨ ਟੋਪ ਆਫ ਦੀ ਅਦਰ। ਜਿਹੜੀ ਵੈਸਟਰਨ ਵਾਲ ਹੈਗੀ ਖੜ੍ਹੀ ਹੈਗੀ ਉਹ ਸ਼ੈਤਾਨਾਂ ਦੀ ਪੂਜਾ ਲਈ ਹੈਗੀ ਹੁਣ ਸ਼ੈਤਾਨ ਜਿਹੜੇ ਜੀਵ ਹੈਗੇ ਨੇ ਜਿਸਮ ਦੇ ਬਣੇ ਉਹ ਪੂਜਾ ਕਰ ਰਹੇ ਨੇ ਜਿੱਦਾਂ ਸਿੱਖ ਬਣ ਜਾਓ ਹਿੰਦੂ ਬਣ ਜਾਓ ਜਿਸਮ ਦੇ ਤੁਸੀਂ ਸ਼ੰਕਰ ਵਰਣੀ ਬਣ ਜਾਂਦੇ ਹਰਾਮੀ। ਇਸੇ ਤਰ੍ਹਾਂ ਜੀਵ ਜਿਹੜੇ ਨੇ ਸ਼ੰਕਰ ਵਰਣੀ ਹਰਾਮੀ ਹੈਗੇ ਇਹਨਾਂ ਨੂੰ ਟੇਸ ਕਹਿੰਦੇ ਨੇ ਮਾਥਿਊ 13 ਵਰਸ 24-30 ਅਤੇ ਇਹ ਹੁਣ ਇਕੱਠੇ ਹੋ ਰਹੇ ਨੇ ਇਹਨਾਂ ਨੂੰ ਜਲਾਉਣਾ ਹੈਗਾ ਅਤੇ ਇਹਨਾਂ ਨੂੰ 70 ਸਾਲ ਇਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ 70 ਸਾਲ ਇਸ ਮਈ 'ਚ ਹੋ ਜਾਣੇ ਨੇ 14 ਮਈ 2018 ਨੂੰ ਫਿਰ ਤੁਸੀਂ ਦੇਖਿਆ ਜੇ ਪਟਾਕੇ ਪੈਂਦੇ ਅਤੇ ਇਹਨੂੰ ਟ੍ਰਿਬੂਲੇਸ਼ਨ ਕਹਿੰਦੇ ਨੇ ਅਤੇ ਦੁਨੀਆ 'ਚ ਕਿੱਦਾਂ ਹਿਲਜੁਲ ਹੁੰਦੀ। ਇਹ ਟਰੰਪ ਜਿਹੜਾ ਰਾਈਟ ਮੈਨ ਹੈਗਾ ਇਹ ਬੱਚੇ ਦੀ ਤਰ੍ਹਾਂ ਹੈਗਾ ਅਤੇ ਇਹਨੇ ਬਹੁਤ ਧਮਾਕੇ ਪਾਉਣੇ ਹੈਗੇ ਨੇ ਜਿਹੜੇ ਕਿ ਉਹ ਹੋਰ ਜੇ ਹਿਲਰੀ ਹੁਲਰੀ ਹੁੰਦੇ ਉਹਨਾਂ ਨੇ ਨਹੀਂ ਸੀ
ਪਾਉਣੇ ਜਿੰਨੇ ਇਹਨੇ ਪਾਉਣੇ ਨੇ। ਚਲੋ ਇਹ ਸਭ ਹੀ ਤਾਂ ਹੁਣ ਮੈਂ ਕਰਨ ਲੱਗਿਆ ਗਿਆ ਸਤਿਗੁਰੂ ਅਮਰਦੇਵ ਸਤਿਗੁਰੂ ਅਰਜਨ ਦੇਵ ਜੀ ਦੇ ਸਲੋਕ ਤਨਾਸਰੀ ਮਹੱਲਾ ਪੰਜਵਾਂ। ਸਤਿਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਚਿੱਤ ਬਿਰਤੀ ਦੇ ਸਿੱਖ ਸਨ, ਜਾਂ ਇਹਨਾਂ ਕੋਲ ਚਿੱਤ ਬਿਰਤੀ ਦੇ ਭਗਤ ਸਨ, ਜਿਹੜੇ ਕਿ ਨਾਨਕ ਵੀ ਚਿੱਤ ਬਿਰਤੀ ਦੇ ਸੀਗੇ। ਜਿਹੜੇ ਤੁਸੀਂ ਇਹ ਸਤਿਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਉਹੀ ਨਾਨਕ ਨੂੰ ਸਮਝੋ ਦਿੱਤੇ ਨੇ। ਜਿਹੜਾ ਛੋਟਾ ਸੀ ਸਤਿਗੁਰੂ ਜੀਸਸ, ਉਹਨੂੰ ਤਾਂ ਸਵੇਰੇ ਟੰਗਿਆ ਸੀ ਅਤੇ ਸ਼ਾਮ ਨੂੰ ਮਰ ਗਿਆ ਸੀ। ਇਹ ਜਿਹੜੇ ਸੀਗੇ ਇਹਨਾਂ ਚਾਰ ਦਿਨ ਤੱਤੀ ਲੋਹ ਤੇ ਉੱਤੇ ਰੇਤ ਪਾਈ ਅਤੇ ਉਬਲਦੇ ਪਾਣੀ 'ਚ ਉਬਾਲਿਆ। ਇਹ ਸਾਰੇ ਜਿਹੜੇ ਹੈਗੇ ਸੀਗੇ ਇਹ ਤਸੀਹੇ ਸੀਗੇ, ਜਿਹੜੇ ਕਿ ਜਿੱਡਾ ਵੱਡਾ ਸਤਿਗੁਰੂ ਓਡੇ ਵੱਡੇ ਤਸੀਹੇ ਮਿਲਦੇ ਨੇ। ਖੱਤਰੀਆਂ ਨੇ ਦਿੱਤੇ, ਚੰਦੂ ਖੱਤਰੀ ਅਤੇ ਨਾਲ ਪ੍ਰਿਥੀ ਚੰਦ ਰਲਿਆ ਹੋਇਆ ਸੀ, ਦੋਨਾਂ ਨੇ ਦਿੱਤੇ ਨੇ। ਅਤੇ ਜਿਹੜਾ ਸੱਚਾ ਚੋਰ ਪਕੜਿਆ ਸੀ ਫਿਰ ਜਦੋਂ ਹਰਗੋਬਿੰਦ ਜੀ ਨੇ, ਅਤੇ ਉੱਧਰ ਸੀਗਾ ਆਪਣੇ ਸੁੱਚਾ ਆਨੰਦਪੁਰੀ ਖੱਤਰੀ, ਜਿਹਨੇ ਜੇ ਸਾਹਿਬਜ਼ਾਦੇ ਚਲਾਏ ਸੀਗੇ ਦੀਵਾਰਾਂ 'ਚ, ਉਹ ਵੀ ਖੱਤਰੀ। ਇੱਕ ਨੰਬਰ ਦੇ ਦੁਸ਼ਮਣ ਸਿੱਖੀ ਦੇ ਖੱਤਰੀ ਸਨ, ਤਦੇ ਖੱਤਰੀਆਂ ਦੇ ਘਰ ਪੈਦਾ ਹੋਏ ਸੀਗੇ, ਕਿਉਂ ਉਹ ਬਿਮਾਰ ਸਨ ਉਹਨਾਂ ਨੂੰ, ਪਰ ਉਹਨਾਂ ਨੇ ਇਹਨਾਂ ਨੂੰ ਮਾਰਿਆ। ਇੱਦਾਂ ਹੀ ਜੀਸਸ ਜੁੱਡਾ ਟ੍ਰਾਈਬ ਦੇ ਜਿਹੜੇ ਸੀਗੇ ਲੋਕਾਂ ਉਹਨਾਂ 'ਚ ਪੈਦਾ ਹੋਇਆ ਸੀ, ਉਹਨਾਂ ਨੇ ਮਾਰਿਆ ਸੀ ਉਹਨੂੰ, ਉਹਦੇ ਨਾਲ ਉਹਨਾਂ ਨੇ ਜ਼ਿਆਦਾ ਸਾਰਿਆਂ ਨੇ ਨਫ਼ਰਤ ਕੀਤੀ ਉਹਨਾਂ ਨਾਲ। ਸਿੱਖੀ ਸਾਰਿਆਂ ਨਾਲ ਘੱਟ ਖੱਤਰੀਆਂ ਨੇ ਅਪਣਾਈ, ਲੈੱਸ ਦੈਨ 1%। ਜੱਟਾਂ ਨੇ 70% ਜੱਟ ਜਿਹੜੇ ਸੀਗੇ ਇਹਨਾਂ ਸਿੱਖੀ ਅਪਣਾਈ। ਤਦੇ ਸਤਿਗੁਰੂਆਂ ਨੂੰ ਜੱਟਾਂ ਦੇ ਘਰ ਕਰਦੇ ਸੀ, ਜਾਓ ਫਲਾਣੇ ਜੱਟ ਦੇ ਘਰ ਰਹੋ, ਸਿੱਖਾਂ ਦੇ ਆਪਣੇ ਭਗਤਾਂ ਦੇ ਘਰ। ਅਤੇ ਇਸ ਕਰਕੇ ਜੱਟ ਜਿਹੜੇ ਨੇ ਭਗਤ ਹੈਗੇ ਨੇ, ਅਤੇ ਹੁਣ ਇਹਨਾਂ ਨੂੰ ਅਕਲ ਜੇ ਆਏਗੀ ਤਾਂ ਤਦੇ ਭਗਤ ਬਣਨਗੇ ਨਾ। ਜੇ ਉਹ ਬੁੱਧੂ ਮਗਰ ਲੱਗਿਆ ਹੈ ਫਲਾਂਡੇ ਦੇ ਤਾਂ ਫਿਰ ਨਹੀਂ ਇੱਦਾਂ ਹੋਣਾ। ਜਿਸ ਜੱਟ ਕੋਲ ਇਹ ਇਲਮ ਆ ਜਾਏ ਉਹ ਤੁਸੀਂ ਦੇਖਿਓ ਜੇ ਕਿੱਦਾਂ ਇਹਦੇ 'ਤੇ ਪ੍ਰਚਾਰ ਕਰਦਾ, ਜਿੱਦਾਂ ਮੈਂ ਕਰਦਾ ਉੱਦਾਂ ਹੀ ਉਹ ਕਰੇਗਾ। 1947 'ਚ ਪਾਰਟੀਸ਼ਨ ਵੇਲੇ ਮੇਰੇ ਫਾਦਰ ਨੂੰ ਪਤਾ ਸੀ ਇਸ ਇਲਮ ਦਾ, ਅਤੇ 2000 ਰਾਈਂ ਆਏ ਸੀ ਹਮਲਾ ਕਰਨ ਸਾਡੇ ਪਿੰਡ 'ਤੇ। ਜਦੋਂ ਉਹਨਾਂ ਦੱਸਿਆ ਜੀ ਜੱਟਾਂ ਨੇ ਮੰਨਣਾ, ਤੁਸੀਂ ਰਾਈਆਂ ਨੇ, ਨਾ ਸਿੱਖ ਪੈਦਾ ਹੋਇਆ ਨਾ ਮੁਸਲਮਾਨ ਪੈਦਾ ਹੋਇਆ, ਤਿੰਨਾਂ ਲਾਲਿਆਂ ਦੀ ਸ਼ਰਾਰਤ ਦੱਸੀ, ਉਹਦੇ ਪੱਲੇ ਪੈ ਗਈ। ਉਹ 2000 ਰਾਈ ਨੂੰ ਕਹਿੰਦਾ ਇਹ ਸਾਡੇ ਹੈਗੇ ਮਹਿਮਾਨ, ਇਹਨਾਂ ਨੂੰ ਖਬਰਦਾਰ ਕਿਸੇ ਨੇ ਨੁਕਸਾਨ ਪਹੁੰਚਾਇਆ, ਉਹ ਸਾਡੀ ਰਾਖੀ ਕੀਤੀ ਉਹਨਾਂ ਨੇ, ਬਾਕੀ ਜਗ੍ਹਾ ਲੋਕ ਵੱਡੇ ਵੱਡੇ ਕੁੱਟੇ, ਕਿਉਂ ਉਹਨਾਂ ਕੋਲ ਰੋਸ਼ਨੀ ਨਹੀਂ ਸੀਗੀ, ਉਹਨਾਂ ਨੇ ਪਰਵਾਹ ਨਹੀਂ ਕੀਤੀ, ਨਾਮ ਦੀ ਰੋਸ਼ਨੀ ਨਹੀਂ ਉਹਨਾਂ ਨੇ ਪਰਵਾਹ ਕੀਤੀ, ਮਾਇਆ ਮਗਰ ਲੱਗੀ ਹੋਈ ਸੀ ਪੈਸਾ ਕਿੱਦਾਂ ਕਮਾਉਣਾ। ਅੱਜ ਵੀ ਜਿਹੜੇ ਕਿ ਲੋਕ ਪੈਸੇ ਮਗਰ ਲੱਗੇ ਹੋਏ ਨੇ, ਅਕਾਲ ਪੁਰਖ ਦੀ ਮਾਇਆ ਨੂੰ ਕੋਈ ਨਹੀਂ ਪੁੱਛਦਾ। ਇੱਥੇ ਮੈਂ ਕਰਨਾ ਗਿਆ ਤਨਾਸਰੀ ਮਹੱਲਾ ਪੰਜਵਾਂ। ਜਿਸ ਕੋ ਵਿਸਰੇ ਪ੍ਰਾਣ ਪਥ ਦਾਤਾ ਸੋਈ ਗਣੋ ਅਭਾਗਾ। ਪ੍ਰਾਣ ਪਥ ਆਹ ਜਿਹੜਾ ਜਿਸਮ ਹੈਗਾ ਇਹ ਹੈਗਾ ਇਹਨੂੰ ਕਹਿੰਦੇ ਨੈਚੁਰਲ, ਅਤੇ ਨੈਚੁਰਲ ਮੈਨ ਜਿਹੜੀ ਆਪਣੇ ਰੂਹ ਹੈਗੀ ਉਹ ਦਿਸਦੀ ਨਹੀਂ ਹੈਗੀ, ਉਹ ਹੈਗੀ ਸੁਪਰ ਨੈਚੁਰਲ। ਜਿਹੜੀ ਸੁਪਰ ਨੈਚੁਰਲ ਪ੍ਰਾਣ ਹੈਗਾ ਉਹ ਰੂਹ, ਉਹਦਾ ਜਿਹੜਾ ਦਾਤਾ ਹੈਗਾ ਪ੍ਰਭੂ ਪਾਰ ਬ੍ਰਹਮ, ਉਹਦੀ ਉਹਦੇ ਬਾਰੇ ਕਹਿ ਰਿਹਾ ਹੈਗਾ ਜਿਸ ਕੋ ਵਿਸਰੇ ਪ੍ਰਾਣ ਪਥ, ਜਿਹੜਾ ਜਿਹਨੇ ਪ੍ਰਾਣ ਵਿੱਚ ਪਾਏ ਨੇ। ਜਿੱਦਾਂ ਹੈਗਾ ਆਹ ਭਾਂਡਾ ਬ੍ਰਹਮਾ ਨੇ ਪੈਦਾ ਕੀਤਾ, ਪੈਦਾ ਕਰਕੇ ਉਹ ਮਾਰਦਾ ਨਹੀਂ ਹੈਗਾ, ਉਹ ਖਾਣ ਨੂੰ ਵੀ ਦਿੰਦਾ ਹੈਗਾ ਵੀ ਤੁਸੀਂ ਜੀਤੇ ਰਹੋ ਤੰਦਰੁਸਤ ਰਹੋ। ਜਿਹੜਾ ਉਹਦਾ ਵਫ਼ਾਦਾਰ ਹੋਏਗਾ, ਜਿਹੜਾ ਉਹਦੇ ਵਫ਼ਾਦਾਰ ਨਹੀਂ ਹੁੰਦਾ ਉਹ ਕਹਿੰਦਾ ਫਿਰ ਜਾਓ ਤੁਸੀਂ, ਫਿਰ ਉੱਥੇ ਉਹ ਮੀਂਹ ਨਹੀਂ ਪੈਂਦਾ, ਮੀਂਹ ਨਹੀਂ ਪਹਿਨ ਦਿੰਦਾ, ਲੋਕਾਂ ਨੂੰ ਭੁੱਖੇ ਮਰਦੇ ਨੇ। ਜਿੱਥੇ ਉਹ ਹੈਗੇ ਉਹਦੇ ਵਫ਼ਾਦਾਰ ਹੈਗੇ ਨੇ ਉੱਥੇ ਮੀਂਹ ਵੀ ਪੈਂਦਾ, ਸਭ ਕੁਛ ਹੁੰਦਾ ਹੈਗਾ, ਹਰ ਇੱਕ ਚੀਜ਼ ਉਹਨਾਂ ਨੂੰ ਮਿਲਦੀ ਵਸਤੂ, ਜਿੱਦਾਂ ਕਿ ਬ੍ਰਾਜ਼ੀਲ ਜੰਗਲ 'ਚ ਅੱਜ ਵੀ ਮਿਲਦੇ ਹੈਗੇ, ਉੱਥੇ ਪੈਸੇ ਦੀ ਨਹੀਂ ਕਦਰ ਹੈਗੀ, ਪੈਸਾ ਉੱਥੇ ਹੈ ਹੀ ਨਹੀਂ, ਖਾਣ ਪੀਣ ਨੂੰ ਮਿਲਦਾ ਬੜਾ ਸੋਹਣਾ, ਲੋਕ ਖੁਸ਼ ਹੈਗੇ ਨੇ, ਅਤੇ ਇਸ ਤਰ੍ਹਾਂ ਹੈਗੇ ਨੇ। ਅਤੇ ਜਿਹੜਾ ਜੋ ਪੈਸਾ ਹੈਗਾ ਉੱਥੇ ਦੇਖੋ ਕਿਤੇ ਰਹਿਣ ਦੀ, ਝੂਠ ਬੋਲਦੇ ਸਭ ਕੁਛ ਕਰਦੇ, ਉਹ ਝੂਠ ਨਹੀਂ ਬੋਲਦੇ ਸੱਚ ਬੋਲਦੇ ਨੇ, ਕਿਸੇ ਨੂੰ ਧੋਖਾ ਨਹੀਂ ਦਿੰਦੇ,
ਉਹ ਪਰਮਾਤਮਾ ਦੇ ਬੰਦੇ ਹੈਗੇ ਉਹ ਬਚਣਗੇ ਐਟੋਮਿਕ ਵਾਰੀ 'ਚ, ਜਿੱਦਾਂ ਅਫਰੀਕਾ 'ਚ ਵੀ ਜਿਹੜੇ ਸੱਚ ਬੋਲਦੇ ਨੇ ਉਹਨਾਂ ਦੇ ਮੂੰਹ 'ਤੇ ਟ੍ਰਾਈਬਲ ਮਾਰਕ ਲੱਗੇ ਹੋਏ ਨੇ ਪਛਾਣ ਲਈ ਵੀ ਉਹ ਫਲਾਨੇ ਦਾ ਪੁੱਤਰ ਹੈਗਾ, ਫਲਾਨੇ ਦਾ ਪੁੱਤਰ ਹੈਗਾ। ਇਸ ਕਰਕੇ ਟ੍ਰਾਈਬਲ ਪੀਪਲ ਬਚਣਗੇ, ਬਾਕੀ ਹਿੰਦੂ ਸਿੱਖ ਮੁਸਲਿਮ ਕ੍ਰਿਸਚੀਅਨ ਜਿਹੜੇ ਜਿਸਮ ਦੇ ਬਣ ਗਏ ਉਹ ਸਾਰੇ ਮਾਰੇ ਜਾਣਗੇ। ਇਸ ਕਰਕੇ ਆਪਣੇ ਬ੍ਰਹਮ ਕੇ ਬੇਟੇ ਬਣੋ, ਤਦ ਉਹ ਤੁਹਾਡੇ 'ਤੇ ਪੱਤ ਰੱਖੇਗਾ, ਬਚਾਏਗਾ ਤੁਹਾਨੂੰ। ਜੇ ਅਸੀਂ ਜਿੱਦਾਂ 2000 ਰਾਏ ਆਏ ਸੀ ਜਦੋਂ ਇਸ ਕੇ ਅਸੀਂ ਜੱਟ ਹੈਗੇ ਉਹਨਾਂ ਨੂੰ ਰਾਏ ਬ੍ਰਹਮ ਕੇ ਬੇਟੇ ਬਣੇ ਅਤੇ ਦੋਨਾਂ 'ਚ ਇੱਜ਼ਤ ਰਹੀ। ਇਸੇ ਤਰ੍ਹਾਂ ਜਿਹੜਾ ਹੈਗਾ ਪਾਰ ਬ੍ਰਹਮ ਹੈਗਾ ਉਹ ਜਦੋਂ ਤੁਹਾਡੇ 'ਚ ਪ੍ਰਾਣ ਦਿੰਦਾ ਤੁਹਾਨੂੰ ਸੁਰਤੀ ਦਿੰਦਾ ਹੈਗਾ, ਪ੍ਰਾਣ ਦਿੰਦਾ ਨਾਲ ਸੁਰਤੀ ਵੀ ਦਿੰਦਾ ਹੈਗਾ। ਜੇ ਕਰਮ ਹੋ ਤਾਂ ਸੁਰਤੀ ਤੁਸੀਂ ਫਿਰ ਜੇ ਅਸੀਂ ਉਲਟੇ ਪਾਸੇ ਲਾਉਣੀ ਮਾਇਆ ਦੇ ਵੱਲ ਲਾ ਕੇ ਅਤੇ ਸ਼ੈਤਾਨ ਬਣਨਾ ਜਿੱਦਾਂ ਪ੍ਰਿਥੀ ਚੰਦ ਵਗੈਰਾ ਸੀਗੇ, ਤਦ ਉਹ ਫਿਰ ਉਹਦਾ ਗਲਤ ਇਸਤੇਮਾਲ ਹੈਗਾ। ਜਿਹੜਾ ਉਹਦਾ ਸਹੀ ਇਸਤੇਮਾਲ ਕਰਦਾ ਹੈਗਾ ਉਹਨਾਂ ਦੀ ਉਹ ਪੱਤ ਰੱਖਦਾ ਹੈਗਾ, ਜਿਹੜਾ ਉਹਦੇ ਹਾਤੇ 'ਚ ਚਲੇ ਜਾਂਦਾ ਹੈਗਾ। ਹਾਤੇ 'ਚ ਉਹਦੇ ਜਾਣ ਲਈ ਨੈਰੋ ਗੇਟ ਹੈਗਾ, ਜਿੱਦਾਂ ਕਿ ਪਹਿਲਾਂ ਦੱਸਿਆ ਨਾ ਪਿਛਲੇ ਵੀਡੀਓ 'ਚ, ਉਹ ਨੈਰੋ ਗੇਟ ਹੈਗਾ, ਇੱਥੇ ਹੈਗਾ ਹਾਤਾ ਉਹਦਾ, ਆਹ ਨੈਰੋ ਗੇਟ ਹੈ ਲਿਆਰਿਆਂ ਲਈ, ਇਕੱਲੇ ਇਕੱਲੇ ਦੋ ਨਹੀਂ ਜਾ ਸਕਦੇ। ਇਸੇ ਕਰਕੇ ਕਿਹਾ ਕ੍ਰਿਸਚੈਨਿਟੀ ਤੁਸੀਂ ਉਹ ਨਿਊ ਟੈਸਟਮੈਂਟ ਪੜ੍ਹੋ, ਉੱਥੋਂ ਤੁਹਾਨੂੰ ਸਬਕ ਮਿਲਣਗੇ, ਫਿਰ ਸਤਿਗੁਰੂ ਨਾਨਕ ਦੀ ਬਾਣੀ ਸਮਝ ਆਏਗੀ। ਆਹ ਹੈਗਾ ਸਤਿਗੁਰੂ ਨਾਨਕ ਅਤੇ ਜਿਹੜੀਆਂ ਜੋਤਾਂ ਹੈਗੀਆਂ ਸੀਗੀਆਂ। ਇਹ ਮੇਰਾ ਟੀ ਸ਼ਰਟ ਦਾ ਡਿਜ਼ਾਇਨ ਹੈਗਾ ਅਤੇ ਲੋਕ ਹੱਸਦੇ ਨੇ ਕਿੰਨਾ ਕੁਛ ਲਿਖਿਆ ਹੈਗਾ, ਪਰ ਕੋਈ ਵੀ ਨਹੀਂ ਸਿੱਖੀ 'ਚ ਕੋਈ ਵੀ ਨਹੀਂ ਗੁਰੂ ਸੀਗਾ, 6 ਸਤਿਗੁਰੂ ਹੋਏ ਨੇ, 4 ਸੱਚੇ ਪਾਤਸ਼ਾਹ। ਜਿਹੜਾ ਉਹਨਾਂ ਨੂੰ ਗੁਰੂ ਕਹਿੰਦਾ ਨਾ ਉਹਨਾਂ ਨੂੰ ਬ੍ਰਾਹਮਣ ਦੇ ਬ੍ਰਾਹਮਣ ਗੁਰੂ ਹੁੰਦੇ ਨੇ। ਬ੍ਰਾਹਮਣਾ ਗੁਰੂ ਜਗਤ ਕਾ ਭਗਤਨ ਕਾ ਨਾਹੀ, ਉਹ ਫਿਰ ਬ੍ਰਾਹਮਣ ਦੇ ਗੁਰੂ ਉਹਨਾਂ ਨੂੰ ਬਣਾਉਂਦੇ ਨੇ, ਉਹਨਾਂ ਦੀ ਬੇਅਦਬੀ ਕਰਦੇ ਨੇ। ਜਿਹਨੂੰ ਇਹ ਨਹੀਂ ਪਤਾ ਵੀ ਨਾਨਕ ਸਤਿਗੁਰੂ ਸੀਗਾ, ਮਨ ਨੂੰ ਸਿਕਸ਼ਾ ਦਿੰਦਾ, ਤਨ ਨੂੰ ਨਿਸ਼ਚੈ ਦਿੰਦਾ, ਉਹਨੂੰ ਜਿਹਨੂੰ ਅਲਫ ਨਹੀਂ ਉਹਨੂੰ ਬੇ ਕਿਧਰੋਂ ਆ ਜਾਏਗੀ। ਇਸ ਲਈ ਸਿੱਖ ਕੋਟਨ ਵਿੱਚ ਇੱਕ ਹੁੰਦਾ ਹੈਗਾ, ਅਤੇ ਜਦੋਂ ਮੈਂ ਕੋਟਨ ਵੇਖ ਕੇ ਕਹਿੰਦਾ ਅਤੇ ਲੋਕ ਜਦੋਂ ਪ੍ਰਚਾਰ ਕਰੀਦਾ ਨਾ ਤਾਂ ਹੱਸਦੇ ਨੇ ਵੀ ਇਹ ਇਕੱਲਾ ਹੀ ਹੈਗਾ, ਨਿਆਰਾ ਹੀ ਹੁੰਦਾ ਇਕੱਲਾ। ਚਲੋ ਇੱਥੇ ਹੁਣ ਆਈ, ਜਿਸ ਕੋ ਵਿਸਰੇ ਪ੍ਰਾਣ ਪੱਤ ਦੱਤਾ, ਜਿਹਨੇ ਪ੍ਰਾਣ ਵਿੱਚ ਪਾਏ ਨੇ ਉਹ ਰਾਖੀ ਰੱਖੇਗਾ, ਉਹਨੂੰ ਵਿਸਰ ਜਾਏਗਾ ਤਾਂ ਉਹ ਤੰਗ ਹੋਏਗਾ। ਜਿੱਦਾਂ ਬ੍ਰਹਮਾ ਤੰਗ ਕਰਦਾ ਜੇ ਉਹਦੇ ਬੇਵਫਾ ਹੋ ਜਾਏ, ਮੀਂਹ ਨਹੀਂ ਪੈਂਦਾ, ਖਾਣ ਨੂੰ ਕੁਛ ਨਹੀਂ ਮਿਲਦਾ, ਭੁੱਖੇ ਮਰੋ ਤੁਸੀਂ, ਇੱਦਾਂ ਹੀ ਉਹ ਫਿਰ ਜਿਹੜਾ ਪ੍ਰਾਣ ਪੱਤ ਹੈਗਾ ਉਹ ਵੀ ਇਹੋ ਕਰਦਾ ਹੈਗਾ। ਸੋਈ ਗੁਣੋ ਜਿਹਨੋਂ ਅਭਾਗਾ, ਉਹਨੂੰ ਤੁਸੀਂ ਬਦਕਿਸਮਤ ਸਮਝੋ। ਚਰਨ ਕਮਲ ਜਾ ਕਾ ਮਨ ਰਾਗੀਓ, ਚਰਨ ਕਮਲ ਜਿਹਦਾ ਉਹਦੇ ਚਰਨਾਂ ਦੇ ਉਹਦੇ ਚਰਨ ਜਿਹੜੇ ਕਮਲ ਹੈਗੇ, ਯਾਨੀ ਕਿ ਜਿੱਦਾਂ ਕਮਲ ਦਾ ਫੁੱਲ ਖਿਲਿਆ ਹੁੰਦਾ ਨਾ, ਇੱਦਾਂ ਉਹ ਖਿਲਿਆ ਹੈਗਾ, ਤੇ ਉਹਦੇ ਜੇ ਉਹ ਹੈਗਾ ਆਪਣੇ ਜਿਹੜਾ ਕਮਲ ਦਾ ਫੁੱਲ ਹੁੰਦਾ ਚਿੱਕੜੇ 'ਚ ਹੁੰਦਾ ਹੈਗਾ ਗਾਂਧੇ 'ਚ, ਪਰ ਉਹ ਉਸ ਗਾਂਧੇ 'ਚ ਵੀ ਉਹ ਖਿਲਿਆ ਹੁੰਦਾ, ਉਹ ਨਿਆਰਾ ਹੁੰਦਾ ਹੈਗਾ, ਉੱਥੇ ਵੀ ਉਹ ਆਪਣੀ ਉਹ ਸ਼ਾਨ ਦਿਖਾਉਂਦਾ ਹੈਗਾ। ਚਰਨ ਕਮਲ ਜਾ ਕਾ ਮਨ ਰਾਗੀਓ, ਜਿਹਦਾ ਮਨ ਉਹਦੇ ਵਿੱਚ ਰਾਗ ਗਾਉਣ 'ਚ ਲੱਗ ਗਿਆ ਉਹਦੇ। ਅਮੀਓ ਸਰੋਵਰ ਪਾਗਾ, ਅੰਮ੍ਰਿਤ ਦਾ ਸਰੋਵਰ ਉਹਨਾਂ ਨੇ ਪਾ ਲਿਆ। ਫਿਰ ਜਿਹੜਾ ਨਾ ਜਦੋਂ ਤੁਸੀਂ ਨਾਮ ਜਪਦੇ ਹੈ ਉਦੋਂ ਤੁਸੀਂ ਅੰਮ੍ਰਿਤ ਦਾ ਸਰੋਵਰ ਪਾ ਲੈਂਦੇ ਹੈ ਗੁਰਮੁਖ। ਇਹ ਹੈਗਾ ਨਾ ਜਿਹੜਾ ਚਾਰਟ ਹੈਗਾ ਟ੍ਰਿਨਿਟੀ ਦਾ। ਇੱਥੇ ਲੋਕ ਹੈਗੇ ਜਿਹੜੇ ਜਾਤਾਂ ਦੇ, ਉਹ ਆਉਂਦੇ ਸਤਿਗੁਰੂ ਅੰਗਦ ਦੇਵ ਜੀ ਉਹ ਦੇ ਹੁੰਮੇ ਭੰਨ ਕੇ ਅਤੇ ਉਹਨਾਂ ਨੂੰ ਫੜਾਉਂਦੇ ਸਤਿਗੁਰੂ ਰਾਮ ਅਮਰਦੇਵ ਜੀ ਦੇ ਹੱਥ, ਉਹ ਉਹਨਾਂ ਦੀ ਦੁਬਧਾ ਪਾਉਂਦੇ, ਮਾਇਆ ਵੱਲ ਨਾ ਜਾਓ, ਪਾਰ ਬ੍ਰਹਮ ਦੀ ਮਾਇਆ ਵੱਲ ਨੂੰ ਜਾਓ। ਬਹੁਤੇ ਲੋਕ ਜਦੋਂ ਸੁਰਤੀ ਆਉਂਦੀ ਤਾਂ ਇੱਧਰ ਨੂੰ ਤੁਰ ਪੈਂਦੇ ਨੇ ਲੋਕਾਂ ਨੂੰ ਠੱਗਣ ਠੁੱਗਣ ਵਿੱਚ। ਬਹੁਤ ਘੱਟ ਲੋਕ ਹੈਗੇ ਜਿਹੜੇ ਕਿ ਇਸ ਮਾਇਆ ਨੂੰ ਜਾਂਦੇ ਨੇ, ਰਿਸ਼ਵਤ ਨਹੀਂ ਲੈਂਦੇ, ਬਰਾਈਬਰੀ ਨਹੀਂ ਲਏ, ਲੋਭ ਪ੍ਰਾਪਤ ਨਹੀਂ ਹੁੰਦਾ ਉਹਨਾਂ ਦੇ ਕੋਲ, ਮਾਇਆ ਆ ਕੇ ਟਿਕਦੀ ਆ ਜਿਹੜੀ ਹੈਗੀ। ਮੇਰੇ ਫਾਦਰ ਇੰਸਪੈਕਟਰ ਹੁੰਦੇ ਸੀ ਸਕੂਲਾਂ ਦੇ, ਰਿਸ਼ਵਤ ਬਿਲਕੁਲ ਨਹੀਂ ਸੀ ਲੈਂਦੇ ਕੋਈ। ਜੇ ਗੰਨਾ ਲੈ ਆਉਂਦਾ ਸੀ ਨਾ ਮਾਸਟਰ ਜਾਂ ਮਾਲਟੇ ਜਾਂ ਸੰਤਰੇ ਆਪਣੇ ਪਿੰਡੋਂ, ਅਤੇ ਉਹਨਾਂ ਨੇ ਆਉਣਾ ਨਿਆਣਿਆਂ 'ਚ ਵੱਟਦੇ ਨੇ,
ਸਾਨੂੰ ਨਹੀਂ ਖਾਣ ਦਿੰਦੇ ਸੀਗੇ। ਤੇ ਆਹ ਹੈਗਾ ਜਿਹੜਾ ਇਹ ਹੈਗਾ ਚੌਥੀ ਬਿਰਤੀ ਦਾ ਓਮੇ ਮਨ ਬੁੱਧੀ ਤੇ ਚਿੱਤ, ਇੱਥੇ ਸਤਿਗੁਰੂ ਅਰਜਨ ਦੇਵ ਜੀ ਹੈਗੇ ਨੇ, ਇਹਨਾਂ ਦੇ ਸਲੋਕ ਜਿਹੜੇ ਹੈਗੇ ਨੇ ਇਹ ਦੱਸਦੇ ਨੇ ਵੀ ਲੋਕ ਜਿਹੜੇ ਇਹਨਾਂ ਨੇ ਸਾਰੀਆਂ ਸਟੇਜਾਂ ਲੱਗੇ ਹੋਏ ਨੇ ਤੇ ਇੱਥੇ ਪਹੁੰਚੇ ਹੋਏ ਨੇ, ਇਹ ਫਿਰ ਦੱਸਦੇ ਵੀ ਆਪਣਾ ਐਕਸਪੀਰੀਅੰਸ ਕੀ ਹੈਗਾ। ਹੁਣ ਤੁਸੀਂ ਵੱਧ ਕਿਸਮਤ ਸਮਝੋ, ਚਰਨ ਕਮਲ ਜਾ ਕੇ ਮਨ ਰਾਗੀਓ, ਅੰਮੀਆਂ ਸਰੋਵਰ ਭਾਗਾ, ਉਹਨਾਂ ਨੇ ਸਰੋਵਰ ਪਾ ਲਿਆ ਅੰਮ੍ਰਿਤ ਦਾ। ਗੁਰਮੁਖ, ਗੁਰਮੁਖ ਦੋ ਅਰਥ ਹੈਗੇ ਨੇ, ਗੁਰ ਤੇ ਮੁਖ। ਗੁਰ ਹੁੰਦਾ ਢੰਗ, ਲੋਜੀਕਲ ਰੀਜਨਿੰਗ, ਤੇ ਮੁੱਖ ਹੁੰਦਾ ਮੂੰਹ, ਉਹ ਆਦਮੀ ਜਿਹੜਾ ਲੋਜੀਕਲੀ ਬੋਲੇ ਉਹ ਗੁਰਮੁਖ ਹੁੰਦਾ ਹੈਗਾ। ਤੇਰਾ ਜਨ ਤੇਰਾ ਪੁੱਤਰ, ਜਨ ਹੁੰਦਾ ਪੁੱਤਰ, ਤੇਰਾ ਜਨ ਰਾਮ 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 ਨਾਮ ਰੰਗ ਜਾਗਾ, ਤੇਰਾ ਪੁੱਤਰ ਜਿਹੜਾ ਰਾਮ ਦਾ ਨਾਮ ਜਪ ਕੇ ਉਹ ਜਾਗਿਆ ਹੈਗਾ, ਉਹਨੂੰ ਸੁਰਤੀ ਆਈ ਪਾਰ ਬ੍ਰਹਮ ਦੀ। ਆਲਸ ਚੀਜ ਗਿਆ ਸਭ ਤੰਤੇ, ਸਾਰਾ ਆਲਸ ਜਿਹੜਾ ਤੰਤ ਜਾਂਦਾ ਰਿਹਾ, ਕਿਉਂ ਇਹ ਹੈਗਾ ਉਹਦਾ ਨਾਮ ਹੈਗਾ ਗੋਸਪਲ, ਗੁੱਡ ਨਿਊਜ਼। ਜਦੋਂ ਗੁੱਡ ਨਿਊਜ਼ ਆਦਮੀ ਕੋਲ ਆਵੇ ਉਹ ਕਹਿੰਦਾ ਵੀ ਮੈਂ ਲੋਕਾਂ ਨੂੰ ਜਾ ਕੇ ਦੱਸਾਂ, ਉਹ ਆਲਸ ਜਿਹੜਾ ਹੁੰਦਾ ਉਹ ਫਿਰ ਉਹਦੇ ਛੱਡ ਜਾਂਦਾ ਹੈਗਾ। ਜਿੱਦਾਂ ਮੈਂ ਇੱਥੇ ਹੈਗਾ ਅਤੇ ਉਹ ਹਾਈਡ ਪਾਰਕ ਕੋਰਨਰ ਪਿਛਲੇ ਸੰਡੇ ਗਿਆ ਸੀਗਾ ਮੈਂ ਲੋਕਾਂ ਨੂੰ ਦੱਸਣ ਲਈ। ਇੱਕ ਮੇਰਾ ਹੈਗਾ ਆਪਣੇ ਬ੍ਰਦਰ ਹੈਗਾ ਆਪਣੇ ਜਿਹੜਾ ਕਿ ਪਾਰ ਬ੍ਰਹਮ ਵਿੱਚ ਭਾਈ ਹੈਗਾ ਮੇਰਾ ਥੋਮਸ ਬੰਬੇ ਹੈਗਾ, ਉਸਨੇ ਮੈਨੂੰ ਬਣਾ ਕੇ ਪੋਸਟਰ ਘੱਲੇ ਸੀਗੇ ਬੈਨਰ, ਉਹ ਮੈਂ ਉੱਥੇ ਲਾਏ ਅਤੇ ਲਾਏ ਤਾਂ ਮੈਂ ਬੋਲਦਾ ਨਹੀਂ, ਮੈਂ ਕਿਹਾ ਪੜ੍ਹ ਲਓ ਆਪੇ ਹੀ, ਉੱਥੇ ਸਾਰਾ ਕੁਝ ਲਿਖਿਆ ਹੈਗਾ ਕ੍ਰਿਸਚੈਨਿਟੀ ਦੇ ਬਾਰੇ ਅਤੇ ਹੋਰ ਸਭ ਕੁਛ, ਅਤੇ ਲੋਕ ਪੜ੍ਹ ਪੁੜ੍ਹ ਕੇ ਤਾਂ ਚਲੇ ਜਾਂਦੇ ਨੇ, ਜਿਹੜਾ ਕੋਈ ਇੰਟਰਸਟ ਹੁੰਦਾ ਆ ਕੇ ਮੈਨੂੰ ਪੁੱਛਦਾ ਹੈਗਾ। ਉਹਦੇ 'ਚ ਇੱਕ ਪੋਸਟਰ ਸੀਗਾ ਜਿਹੜਾ ਕਿ ਬਹੁਤ ਉਹਨਾਂ ਨੇ ਦੇਖਦੇ ਸੀ, ਸਮੈਰੀਟਨ ਵੂਮਨ ਐਂਡ ਦੀ ਵੈਲ ਹੈਗਾ, ਗੋਸਪਲ ਹੈਗਾ ਜੌਨ 4, ਕਿ ਉਸ ਦੇ 5 ਆਦਮੀ ਸੀਗੇ। ਹੁਣ ਇੱਧਰਲੇ ਜਿਹੜੇ ਯੂਨੀਵਰਸਿਟੀਆਂ 'ਚ ਹੈਗੇ ਇੱਕ ਇਹ ਹੈਗੇ ਨੇ ਮੈਨ ਆਫ ਲੈਟਰਸ, ਲਫਜ਼ੀ ਮਹਿਰੇ ਲੈਂਦੇ 5 ਆਦਮੀ, ਕਹਿੰਦੇ ਉਹ ਤਾਂ ਕੰਜਰੀ ਸੀਗੀ, ਉਹ 5 ਆਦਮੀ ਕੀਤਾ ਸੀ, ਇੱਕ ਛੱਡ ਕੇ ਦੂਜਾ ਕਰ ਲੈਂਦੀ ਸੀ। ਉਹ 5 ਸੀਗੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਬਥੇਰਾ ਦੱਸਿਆ। ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਗੇ ਨੇ ਇੱਥੇ ਆਕਸਫੋਰਡ ਨਿਊ ਟੈਸਟਾਮੈਂਟ, ਉਹ ਤਾਂ 5 ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸੀਗੇ, ਉਹ ਦੂਜੇ ਆਦਮੀ ਨਹੀਂ ਸੀਗੇ, ਉਹ ਤਾਂ ਬਕਾਇਦਾ ਵਿਆਹ ਹੀ ਹੋਈ ਸੀਗੀ ਅਤੇ ਉਹਦੇ ਬੱਚੇ ਸੀਗੇ, ਅਤੇ ਬੜੇ ਸਮੈਰੀਟਨ ਜਿਹੜੇ ਸੀਗੇ ਬੜੇ ਚੰਗੇ ਸੀਗੇ, ਉਹਨਾਂ ਦੀ ਮੋਰਲੀ ਬੜੇ ਸਾਊਂਡ ਸੀਗੇ। ਅਤੇ ਕਈ ਇਹਨਾਂ ਦੇ ਜਿਹੜੇ ਹੈਗੇ ਨੇ ਪਾਦਰੀ, ਉਹ ਕਹਿੰਦੇ ਉਹ ਤਾਂ ਬੜੇ ਮੋਰਲੀ ਸਾਊਂਡ, ਉਹ ਕਿਤੇ 5 ਕਿੱਦਾਂ ਹੋ ਸਕਦੇ ਆਦਮੀ ਉਹਦੇ, ਉਦਾਂ ਦੇ ਜਿਹੜੇ ਆਦਮੀ ਹੁੰਦੇ ਜਿਹੜੇ ਜਾਣਨਾ ਚਾਹੁੰਦੇ ਨਾ ਸੀਕਰ, ਉਹਨਾਂ ਨੂੰ ਇਹ ਫਿਰ ਪ੍ਰਚਾਰ ਕਰਨਾ ਚਾਹੀਦਾ, ਉਹ ਬਹੁਤ ਕੰਮ ਹੈਗੇ ਨੇ। ਕਿਤਾਬਾਂ ਪੜ੍ਹ ਕੇ ਉੱਥੋਂ ਯੂਨੀਵਰਸਿਟੀ 'ਚੋਂ, ਉਹਦੇ 'ਚ ਬਾਅਦ ਉਹ ਲਾਇਸੈਂਸ ਦੇ ਦਿੰਦੇ ਨੇ, ਡਾਕੂਮੈਂਟ ਪਾ ਕੇ ਅਤੇ ਚਰਚਾ 'ਚ ਆ ਜਾਂਦੇ ਨੇ, ਚਰਚਾ 'ਚ ਆ ਕੇ ਉਹੀ ਚੀਜ਼ ਦੱਸੀ ਜਾਂਦੀ ਜਿਹੜੇ ਪ੍ਰੋਫੈਸਰਾਂ ਨੇ ਦੱਸੀ ਹੈਗੀ। ਅਤੇ ਅੰਨੇ ਹੈਗੇ ਨੇ ਸੁਪਰ ਬਲਾਈਂਡ, ਲੀਡਿੰਗ ਦੀ ਬਲਾਈਂਡ ਇਨ ਟੂ ਸੈਕਟੇਰੀਅਨ ਰੋਇਡਸ, ਇਹ ਸੈਕਟੇਰੀਅਨ ਰੋਇਡਸ 'ਚ ਲੋਕਾਂ ਨੂੰ ਫਿਰ ਪਾਉਂਦੇ ਨੇ। ਅਤੇ ਇਹ ਕਲਯੁਗ ਹੈਗਾ, ਇਹਦੇ 'ਚ ਬਹੁਤ ਅੰਧੇਰਾ ਹੈਗਾ, ਪਾਰ ਬ੍ਰਹਮ ਦੀ ਕਿਰਪਾ ਹੋਵੇ ਅਤੇ ਤਦ ਤੁਹਾਨੂੰ ਸਤਿਗੁਰੂ ਮਿਲਦਾ ਅੰਦਰ, ਸਤਿਗੁਰੂ ਮਿਲੇ ਅਤੇ ਤਦ ਤੁਹਾਨੂੰ ਪਾਰ ਬ੍ਰਹਮ ਦਾ ਪਤਾ ਲੱਗਦਾ ਹੈਗਾ। ਸਤਿਗੁਰੂ ਹੈਗਾ ਜਿਹੜਾ ਉਹ ਆਦਮੀ ਜਿਹੜਾ ਸੱਤ ਦਾ ਗੁਰ ਜਾਣੇ, ਜਿਹੜਾ ਲੋਜੀਕਲੀ ਸਪੀਕੇ, ਉਹ ਸਤਿਗੁਰੂ ਮਿਲਦਾ, ਉਹਨੂੰ ਕ੍ਰਾਈਸਟ ਕਹੀਦਾ ਹੈਗਾ। ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ ਬਟ ਡੈਡ ਲੈਟਰ ਇਨ ਯੋਰ ਹੈਡ। ਆਲਸ ਛੀਜੇ ਛੀਜ ਗਿਆ ਸਭ ਤੰਤੇ, ਸਾਰੇ ਤੰਤ ਛੀ ਗਿਆ, ਕਿਉਂਕਿ ਇਹ ਖੁਸ਼ਖਬਰੀ ਹੈਗੀ ਕਿ ਮੈਂ ਹੋਰਾਂ ਨੂੰ ਵੀ ਜਾ ਕੇ ਦੱਸਾਂ। ਜਿੱਦਾਂ ਮੈਂ ਉੱਥੇ ਗਿਆ ਸੀ ਹਾਈਡ ਪਾਰਕ ਕੋਰਨਰ, ਸਾਰਾ ਉੱਥੇ 4-5 ਘੰਟੇ ਉੱਥੇ ਮੈਂ ਖੜ੍ਹਾ ਰਿਹਾ, ਪਰ ਬਹੁਤ ਘੱਟ ਲੋਕ ਇੰਨੇ ਹੈਗੇ ਉੱਥੇ, ਉਹਨਾਂ ਨੂੰ ਮੈਂ ਲੈ ਗਿਆ ਸੀ ਦੇਣ ਲਈ ਪੇਪਰ ਛੋਟਾ ਜਿਹਾ, ਅਤੇ ਉਹ ਹੈਗਾ ਜਿੱਦਾਂ ਅਟੋਮਿਕ ਵਾਰ ਇਜ਼ ਕਮਿੰਗ ਸੂਨ, ਇਹ ਵੀ ਨਹੀਂ ਲੈ ਕੇ ਸੀ ਕੁਛ, ਉਹ ਕਹਿੰਦੇ ਸਾਨੂੰ ਪਤਾ ਹੈਗਾ ਆਹ ਹੈਗਾ ਅਟੋਮਿਕ ਵਾਰ,
ਆ ਰਹੀ ਹੈਗੀ, ਬੜੀ ਦੂਰਲੀ ਹੈਗੀ, ਅਤੇ ਇਹ ਵੀ ਨਹੀਂ ਲੈ ਕੇ ਖੁਸ਼ ਸੀਗੇ। ਅਤੇ ਮੈਂ ਕਿਹਾ ਚੰਗਾ ਨਹੀਂ ਤਾਂ ਨਹੀਂ, ਯਾਨੀ ਕਿ ਤੁਸੀਂ ਯੂ ਡੋਂਟ ਥਰੋ ਪਰਲ ਬਿਫੋਰ ਸਵਾਈਨ। ਜੀਸਸ ਦਾ ਸੀਗਾ ਇੱਕ ਆਦਮੀ ਨੂੰ ਉਹਨੇ ਦੱਸਿਆ ਸੀਗਾ ਗੋਸਪਲ, ਉਹ ਸੁਣ ਕੇ ਗੋਸਪਲ ਤੇ ਆਪਣੇ ਗਨਜਰੇਟ ਦਾ ਰਹਿਣ ਵਾਲਾ ਸੀ, ਉੱਥੇ ਜਾ ਕੇ ਉਹ ਲੋਕਾਂ ਨੂੰ ਦੱਸਣ ਲੱਗ ਪਿਆ ਸੜਕਾਂ 'ਤੇ ਖੜਾ ਹੋ ਕੇ ਵੀ ਆਹ ਖੁਸ਼ਖਬਰੀ ਦੇਣ ਲੱਗ ਪਿਆ। ਯਾਨੀ ਕਿ ਆਲਸ ਹੋ ਜਾ ਸਾਰੇ ਜਾਂਦਾ ਰਿਹਾ, ਖੁਸ਼ੀ 'ਚ ਇੰਨੀ ਹੋਈ ਉਹਨੂੰ ਕਿ ਲੋਕਾਂ ਨੂੰ ਖੜੇ ਕਰ ਕਰਕੇ ਦੱਸਣ ਲੱਗ ਪਿਆ। ਮੇਰੇ ਫਾਦਰ ਵੀ ਇੱਦਾਂ ਹੀ ਕਰਦੇ ਸੀਗੇ, ਲੋਕਾਂ ਨੂੰ ਪ੍ਰਚਾਰ ਕਰਨਾ, ਉਹਨਾਂ ਨੇ ਵਿਚਾਰਿਆਂ ਨੇ ਸੁਣਦੇ ਰਹਿਣਾ ਵੀ ਇੱਜ਼ਤ ਕਰਨੀ, ਅਤੇ ਉਹਨਾਂ ਦੇ ਇੱਕ ਕੰਨੋਂ ਪੈਣੀ ਦੂਏ ਕੰਨੋਂ ਕੱਢ ਦੇਣੀ ਉਹਨਾਂ ਨੇ। ਅਸੀਂ ਉਹਨਾਂ ਨੂੰ ਕਹਿਣਾ ਬਥੇਰਾ ਵੀ ਉਹਨਾਂ ਹੀ ਇੰਟਰਸਟ ਹੈਗਾ, ਨਹੀਂ ਉਹਨਾਂ ਦਾ ਸੀਗਾ ਵੀ ਆਲਸ ਨਹੀਂ ਸੀ ਨਾ, ਇਹ ਨਾਮ ਇੱਦਾਂ ਦਾ ਹੀ ਹੈਗਾ, ਜਿਹਦੇ ਕੋਲ ਆ ਜਾ ਉਹ ਫਿਰ ਦੂਜਿਆਂ ਨੂੰ ਦੱਸਦਾ ਹੈਗਾ। ਅਤੇ ਉਹਨਾਂ ਜਿਹੜਾ ਸੀਗਾ ਲੋਕਲ ਜਿਹੜਾ ਸੀਗਾ ਪਾਦਰੀ ਉਹਨਾਂ ਦਾ ਰਬਾਈ ਬ੍ਰਾਹਮਣ, ਉਹਦੀ ਨਿੰਦਿਆ ਕਰਦੇ ਸੀ ਨਾ, ਉਹਦੇ ਪੋਲ ਖੋਲਦੇ ਸੀ, ਇਹ ਨਹੀਂ ਹੁਣ ਹੁਣ ਤੁਸੀਂ ਸਤਿਗੁਰੂ ਦੇ ਭਾਣੇ ਚੱਲੋ ਆਪਣੇ ਸਤਿਗੁਰੂ ਅੰਦਰ ਜਿਹੜਾ ਹੈਗਾ। ਅਤੇ ਉਹ ਫਿਰ ਉਹਨਾਂ ਆਪਣੇ ਗਾਹਕਾਂ ਨੂੰ ਕਹਿੰਦਾ ਆਪਣੇ ਨੂੰ ਇਹਨੂੰ ਬੰਦ ਕਰੋ ਬੋਲਣਾ, ਇਹਨੂੰ ਇੱਦਾਂ ਕਰੋ ਕਬਰਸਤਾਨ ਦੇ ਵਿੱਚ ਉੱਥੇ ਜੰਜੀਰਾਂ ਨਾਲ ਬੰਨ ਕੇ ਬਿਠਾ ਦਿਓ, ਕਬਰਸਤਾਨ ਵਿੱਚ ਕੋਈ ਨਹੀਂ ਨਾ ਜਾਂਦਾ ਰਾਤ ਨੂੰ ਜਦ ਸੁਣਦਾ ਨਹੀਂ, ਉੱਥੇ ਉਹਨੂੰ ਬੰਦ ਕਰ ਦੇਣਾ ਕਿ ਉਹ ਨੋਬਡੀ ਵਿਲ ਲਿਸਨ ਟੂ ਹਿਮ। ਅਤੇ ਉੱਥੇ ਫਿਰ ਜੀਜੇ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਭਗਤ ਨੂੰ ਇੱਦਾਂ ਕਰ ਰਹੇ ਨੇ, ਉਹ ਫਿਰ ਗਿਆ ਉੱਥੇ, ਉਹ ਫਿਰ ਉਹ ਪੈਣੀ ਪਿਆ ਅਤੇ ਉਹਦੇ ਸੰਸਕਾਰ ਕੀਤਾ ਜੀਜੇ ਦਾ। ਉਹਨੂੰ ਇਹ ਜੀਵ ਕਹਿੰਦੇ ਕਿ ਉਹਦੇ ਦਿਮਾਗ ਵਿੱਚ ਡੀਮਨ ਸੀਗੇ ਬਹੁਤ ਸਾਰੇ, ਮਿਲੀਨੀਅਰ ਮਿਲੀਅਨ ਡੀਮਨ। ਜੀਜੇ ਨੇ ਫਿਰ ਉੱਥੇ 2000 ਸੀਗੇ ਸੂਰ ਚੜਦੇ, ਉਹਨਾਂ ਨੂੰ ਡੋਬ ਦਿੱਤਾ ਲੇਕ ਵਿੱਚ, ਕਿਉਂ ਉਹ ਪਰਲ ਉਹਦਾ ਨਾਮ ਉਹਨਾਂ ਨੂੰ ਦੇਈ ਜਾਂਦਾ ਸੀ ਜਿਹੜੇ ਕਿ ਸੁਣਨਾ ਨਹੀਂ ਸੀ ਚਾਹੁੰਦੇ, ਲਿਤਾੜਦੇ ਸੀਗੇ। ਜਿੱਦਾਂ ਮੇਰੇ ਫਾਦਰ ਨੇ 1947 'ਚ ਨਾਮ ਦਿੱਤਾ ਲੋਕਾਂ ਨੂੰ, ਉਹਨਾਂ ਨੇ ਸੁਣਿਆ ਨਹੀਂ, ਜਦੋਂ ਪਾਰਟੀਸ਼ਨ ਹੋਈ ਇੱਕ ਦੂਜੇ ਨੂੰ ਮਾਰਨ ਲੱਗੇ ਫਿਰ ਉਹ ਮਰੇ, ਜੇ ਸੁਣਿਆ ਹੁੰਦਾ ਤਾਂ ਉਹਨਾਂ ਨੇ ਆਰਾਮ ਨਾਲ ਆਉਣਾ ਸੀ ਜਿੱਦਾਂ ਅਸੀਂ ਆਏ ਸੀਗੇ। ਜਦੋਂ 2000 ਆਦਮੀ ਅਰਾਈਆਂ ਨੂੰ ਦੱਸਿਆ ਸੀ ਜੱਟਾਂ ਨੇ ਮਰਨਾ ਤੁਸੀਂ ਅਰਾਈਆਂ ਨੇ, ਉਹ ਕਹਿੰਦੇ ਸਾਡੇ 'ਚ ਕੋਈ ਦੁਸ਼ਮਣੀ ਨਹੀਂ, ਆਪਾਂ ਤਾਂ ਦੋਸਤ ਹੈਗੇ ਆ। ਉਹਨਾਂ ਨੇ ਸਾਡੀ ਰਾਖੀ ਰੱਖੀ 2000 ਅਰਾਈਆਂ ਨੇ। ਅਤੇ ਇਹ ਹੈਗਾ ਵੀ ਨਾਮ ਦਾ, ਜਿਹੜੇ ਹੈਗੇ ਨੇ ਮੂਰਖ ਹੈਗੇ ਨੇ ਉਹ ਨਹੀਂ ਸੋਚਦੇ। ਅਤੇ ਉਹ ਇੱਕ ਕੰਨੋਂ ਪਈ ਅਤੇ ਦੂਏ ਕੰਨੋਂ ਕੱਢ ਦਿੱਤੀ। ਫਿਰ ਇਹਦੇ 'ਚ ਹੈਗਾ ਵੀ ਦੱਦਾ ਦੋਸਤ ਨਾ ਜੀਏ ਦੋਸਤ ਕਰਮੀ ਆਪਣੇ, ਜੋ ਮੈਂ ਕਿਹਾ ਸੋ ਮੈਂ ਪਾਇਆ, ਦੋਸਤ ਨਾ ਦੀਜੀਏ ਵਚਨ। ਇਹਦੇ 'ਚ ਦੂਸਰੇ ਨੂੰ ਨਹੀਂ ਤੁਸੀਂ ਕਹਿ ਸਕਦੇ। 1947 'ਚ ਇੱਕ ਵੀ ਨਹੀਂ ਸਿੱਖ ਮਰਿਆ ਅਤੇ ਨਾ 1984 'ਚ ਇੱਕ ਸਿੱਖ ਮਰਿਆ। ਕੌਮਾਂ ਦੇ ਲੋਕ ਪੈਦਾ ਹੋਏ, ਕੌਮਾਂ ਦੇ ਲੋਕ ਮਰੇ ਸੀਗੇ। ਫਿਰ ਇਹ ਜੇ ਇਲਮ ਹੁੰਦਾ ਲੋਕਾਂ ਨੂੰ ਤਾਂ ਉੱਥੇ ਹੀ ਬੈਠੇ ਰਹਿੰਦੇ ਜਿੱਥੇ ਬੈਠੇ ਸੀ, ਪਾਕਿਸਤਾਨ ਬਣਨਾ ਹੀ ਨਹੀਂ ਸੀਗਾ। ਇਹ ਤਿੰਨਾਂ ਲਾਡਿਆਂ ਨੇ ਤੁਹਾਨੂੰ ਰੰਗ ਦਿੱਤਾ, ਸਿੱਖ ਹਿੰਦੂ ਮੁਸਲਮਾਨ ਦਾ ਰੰਗ ਲੈ ਕੇ ਤੁਸੀਂ ਤਾਂ ਇੱਕ ਦੂਜੇ ਨੂੰ ਮਾਰਿਆ, ਅਤੇ ਦੋਸਤ ਤੁਹਾਡਾ ਹੈਗਾ। ਜਿਨ੍ਹਾਂ ਨੇ ਨਾਮ ਨਹੀਂ ਨਾਮ ਤੋਂ ਨਫ਼ਰਤ ਕੀਤੀ, ਨਹੀਂ ਸੁਣਿਆ, ਨਹੀਂ ਉਹ ਆਲਸ ਰਹੇ, ਆਲਸ ਚੀਜ਼ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲੱਗਾ, ਪ੍ਰੀਤਮ ਪਾਰ ਬ੍ਰਹਮ ਨਾਲ ਉਹਦਾ ਮਨ ਲੱਗ ਗਿਆ। ਰਹਾਓ ਜੈ ਜੈ ਪੇਖੀਓ, ਇਹ ਜਿਹੜਾ ਆਹ ਦੇਖੀਦਾ ਨਾ ਜਿਸਮ, ਦੋ ਅੱਖਾਂ ਨਾਲ ਦੇਖੀਦਾ ਹੈਗਾ, ਮਨ ਦੀ ਤੀਜੀ ਅੱਖ ਨਾਲ ਦੇਖੀਦਾ ਹੈਗਾ, ਮਨ ਦੀ ਤੀਜੀ ਅੱਖ ਨਾਲ ਫਿਰ ਦੇਖੀਦਾ ਵੀ ਅੰਦਰ ਜਿਹੜੀ ਹੈਗੀ ਰੂਹ ਜਿਹੜੀ ਆਦਮੀ ਨੂੰ ਜਿੰਦਾ ਕਰਦੀ ਹੈਗੀ ਨਾ, ਉਹ ਪਾਰ ਬ੍ਰਹਮ ਦੀ ਹੈਗੀ। ਫਿਰ ਜਦੋਂ ਉਹ ਪਤਾ ਲੱਗ ਜਾਵੇ ਵੀ ਪਾਰ ਬ੍ਰਹਮ ਦੀ ਹੈਗੀ, ਫਿਰ ਇਸ ਭਾਂਡੇ ਦੀ ਨਾ ਕਦਰ ਨਹੀਂ ਹੁੰਦੀ। ਇਹ ਭਾਂਡਾ ਸਿਰਫ ਪਛਾਣ ਲਈ ਹੁੰਦਾ ਹੈਗਾ, ਕਦਰ ਹੁੰਦੀ ਉਸ ਅੰਦਰ ਜਿਹੜਾ ਹੈਗਾ, ਹਿੰਦੂ ਦੀ ਜਾਤ ਜਨਮ ਨਾਲ, ਸਿੱਖ ਦੀ ਜਾਤ ਕਰਮ ਨਾਲ। ਜੈ ਜੈ ਕਰਮ ਸਹਿ ਪਾਤ, ਸਹਿ ਪਾਤ ਸਹਿ ਜਾਤ ਸਹਿ ਪਾਤ, ਜਿਉਂ ਜਿਹਾ ਕਰਮ ਕਮਾਉਂਦੇ, ਜਿੱਦਾਂ ਦਾ ਕਰਮ ਕਮਾਉਂਦੇ ਉੱਦਾਂ ਦੀ ਹੁੰਦੇ ਹੁੰਦੇ। ਸਿੱਖ ਦੀ ਜਾਤ ਹੁੰਦੀ ਬੇਮੁੱਖ, ਮਨਮੁੱਖ ਅਤੇ ਗੁਰਮੁੱਖ।
ਪ੍ਰਿਥੀ ਚੰਦ ਮਨਮੁਖ ਸੀਗਾ ਤੇ ਸਤਿਗੁਰੂ ਅਰਜਨ ਦੇਵ ਜੀ ਗੁਰਮੁਖ। ਸੋ ਰਹਾਓ ਜੈ ਜੈ ਪੇਖਿਓ ਜੈ ਜਿੱਥੇ ਜਿੱਥੇ ਮੈਂ ਵੇਖਦਾ ਹੈਗਾ ਮਨ ਦੀ ਤੀਜੀ ਅੱਖ ਨਾਲ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ। ਨਾਰਾਇਣ ਹੈਗਾ ਰੂਹ ਉਸੇ ਪਿਓ ਦੀ ਇੱਕ ਪਾਰ ਬ੍ਰਹਮ ਪਿਤਾ ਦੀ ਸੁਪਰ ਨੈਚੁਰਲ ਫਾਦਰ ਦੀ ਰੂਹ ਹਰ ਇੱਕ ਚ ਹੈਗੀ ਉਹ ਰੂਹ ਹੈਗੀ ਤੇ ਉਹਨੇ ਪਰੋਏ ਹੋਏ ਨੇ ਆਪਣੇ ਧਾਗੇ ਚ ਉਹਦੇ ਹੁਕਮ ਤੇ ਬਾਹਰ ਕੋਈ ਨਹੀਂ ਹੈਗਾ। ਨਾਮ ਉਦਕ ਪੀਵਤ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ। ਜਦੋਂ ਉਹਦਾ ਨਾਮ ਜਿਹੜਾ ਹੈਗਾ ਉਦਕ ਉਦਕ ਕੀ ਹੋਇਆ ਪੀਵਤ ਜਿਹੜਾ ਜਨ ਹੈਗਾ ਪੁੱਤਰ ਜਿਹੜਾ ਅਤਪਾਰ ਪਰਮ ਦਾ ਪੁੱਤਰ ਹੈਗਾ ਉਹ ਨਾਮ ਦਾ ਅੰਮ੍ਰਿਤ ਪੀਂਦਾ ਹੈਗਾ। ਨਾਨਕ ਤਿਆਗੇ ਉਹ ਕਹਿੰਦੇ ਬਾਕੀ ਦੇ ਸਾਰੇ ਉਹ ਜਿਹੜੇ ਨੇ ਰੰਗ ਦੁਨੀਆ ਦੇ ਉਹ ਤਿਆਗ ਦਿੰਦਾ ਹੈਗਾ, ਯਾਨੀ ਕਿ ਮਾਇਆ ਨੂੰ ਉਹਨੂੰ ਮੋਹ ਨਹੀਂ ਹੁੰਦਾ। ਹੁਣ ਸਤਿਗੁਰੂ ਅਰਜਨ ਦੇਵ ਜੀ ਜਿਹੜੇ ਸੀ ਚਿੱਤ ਬਿਰਜੇ ਦੇ ਸੀਗੇ ਨਾ, ਚਿੱਤ ਬਿਰਜੀ ਦੇ ਸਤਿਗੁਰੂ ਅਰਜਨ ਇੱਥੇ ਹੈਗਾ ਨਾ ਆਪਣੇ ਆ ਹੈਗੇ ਨਾ ਦੁਨੀਆ ਦੇ ਕੀ ਹੈਗਾ ਇਹਨੂੰ ਕਹਿੰਦੇ ਨੇ ਤਮੋ ਸਤੋ ਤੇ ਇੱਥੇ ਹੈਗਾ ਨਾ ਆਪਣੇ ਤੇ ਤਿੰਨ ਕਿਸਮ ਦੇ ਹੈਗੇ ਨਾ ਤੇ ਇੱਥੇ ਜਿਹੜਾ ਇਹ ਤਿੰਨਾਂ ਰੰਗਾਂ ਤੋਂ ਤਿੰਨ ਜਿਹੜੇ ਦੁਨਿਆਵੀ ਰੰਗ ਤੋਂ ਇਹ ਨਾਰਾਇਣ ਇੱਥੇ ਹੁੰਦਾ ਨਾਰਾਇਣ। ਸਤਿਗੁਰੂ ਅਰਜਨ ਦੇਵ ਜੀ ਇੱਥੇ ਸੀਗੇ ਨਾ ਚਿੱਤ ਬਿਰਤੀ ਦੇ, ਇਹਨਾਂ ਨੂੰ ਮਾਇਆ ਦੀ ਕੋਈ ਥਾਂ ਨਹੀਂ ਸੀਗੀ, ਯਾਨੀ ਕਿ ਉਹ ਤੀਵੀਂ ਦੇ ਗਹਿਣੇ ਵੇਚ ਕੇ ਉਹ ਲੰਗਰ ਚਲਾਉਂਦੇ ਸੀਗੇ ਤੇ ਆਉਂਦਾ ਸੀਗਾ ਪ੍ਰਿਥੀ ਚੰਦ ਮੋਹਰੇ ਠੂਠਾ ਕਰਕੇ ਉਗਰਾਹੀ ਕਰਕੇ ਤਾਂ ਆਪਣੇ ਘਰ ਨੂੰ ਦੌੜ ਜਾਂਦਾ ਸੀ। ਕਹਿੰਦਾ ਸੀ ਦੇਖਦੇ ਆ ਕਿੰਨਾ ਚਿਰ ਚਲਾਉਂਦਾ ਇਹੋ ਲੰਗਰ, ਇਹਦੀ ਦੁਕਾਨ ਬੰਦ ਕਰਾਂ ਮੈਂ, ਇਹ ਜਿਹੜੇ ਲੋਕ ਆਉਂਦੇ ਇਹਦੇ ਕੋਲ ਸੁਣਨ ਇਹ ਵੀ ਨਾ ਆਉਣ, ਜਦੋਂ ਭੁੱਖੇ ਹੋਏ ਤਾਂ ਆਪੇ ਨਹੀਂ ਆਉਣਗੇ। ਪਰ ਉਹਨਾਂ ਜਿਹੜੇ ਆਉਂਦੇ ਸੀਗੇ ਉਹਨਾਂ ਨੂੰ ਖਾਣ ਪੀਣ ਦੀ ਨਹੀਂ ਸੀ ਨਾ ਉਹਨਾਂ ਨੂੰ ਮਾਇਆ ਦੀ ਸੀਗੀ, ਉਹਨਾਂ ਨੂੰ ਪਤਾ ਸੀ ਵੀ ਪ੍ਰਿਥੀ ਚੰਦ ਦੇ ਬਿਨਾਂ ਹੈਗਾ, ਪਰ ਉਹ ਦੇ ਜਾਂਦੇ ਸੀ ਵੀ ਲੈ ਲੈ ਲਾ ਪਿੱਕ। ਤੇ ਸਤਿਗੁਰੂ ਅਰਜਨ ਦੇਵ ਜੀ ਕਦੇ ਨਹੀਂ ਉਹਨਾਂ ਨੇ ਕਿਹਾ ਪ੍ਰਿਥੀ ਨੂੰ ਵੀ ਤੂੰ ਕਿਉਂ ਲੈ ਜਾਂਦਾ ਪੈਸੇ ਆਪਣੇ ਘਰ, ਮੈਂ ਤਾਂ ਗਹਿਣੇ ਵੇਚ ਕੇ ਚੜਾਉਂਦਾ ਲੰਗਰ। ਕਿਉਂ ਮਾਇਆ ਦੀ ਬਿਲਕੁਲ ਹੀ ਉਹਨਾਂ ਜਿੱਦਾਂ ਨਿਰਮਲੇ ਸੰਤ ਹੁੰਦੇ ਨੇ ਮਾਇਆ ਨੂੰ ਹੱਥ ਨਹੀਂ ਲਾਉਂਦੇ, ਏਦਾਂ ਹੀ ਉਹ ਸੀਗੇ ਨਿਰਮਲੇ ਸੰਤ। ਤੇ ਇਹ ਹੈਗੀ ਇਹਦੀ ਵਿਆਖਿਆ ਤੇ ਅੱਗੇ ਤੁਹਾਡੀ ਮਰਜ਼ੀ। ਬਹੁਤ ਮਜ਼ੇਦਾਰ ਹੈਗੇ ਇਹ ਸਲੋਕ, ਪਰ ਤੁਸੀਂ ਜਿਹੜੇ ਗ੍ਰੰਥੀ ਜਿਹੜੇ ਰੱਖੇ ਨਾ ਬਣਾਉਂਦੇ ਆ ਗੁਰਦੁਆਰਾ ਬਣਾਉਂਦੇ ਆ ਮਿਲੀਅਨ ਤੋਂ ਉੱਪਰ ਪਾਉਣ ਲਾ ਕੇ, ਕਈ ਅੱਜ ਕੱਲ੍ਹ ਤਾਂ ਐਵੇਂ ਮਿਲੀਅਨ ਲੱਗ ਜਾਂਦਾ ਹੈਗਾ ਕਈ ਮਿਲੀਅਨ ਦੇ, ਤੇ ਨਹਾ ਧੋ ਕੇ ਨਾਤੀ ਧੋਤੀ ਉੱਤੇ ਬਹਿ ਗਈ ਮੱਖੀ, ਉੱਤੇ ਬਿਠਾ ਦਿੰਦੇ ਤੁਸੀਂ ਇਹ ਮੱਖੀ ਮਨਮੁੱਖ ਕਿੱਥੋਂ ਦਾ ਅੰਮ੍ਰਿਤਸਰੀਆ ਗ੍ਰੰਥੀ ਹੈਗਾ ਜੀ, ਅੰਮ੍ਰਿਤਸਰੀਏ ਅੰਦਰ ਸੜੀਏ ਇੱਕ ਨੰਬਰ ਦੇ ਬੇਈਮਾਨ ਜਿਹੜੇ ਗ੍ਰੰਥੀ ਹੈਗੇ ਨੇ ਅੰਮ੍ਰਿਤਸਰ ਦੇ ਹੈਗੇ ਨੇ ਉਹ ਲਿਆ ਕੇ ਬਿਠਾ ਦਿੰਦੇ ਹਾਂ, ਉਹ ਫਿਰ ਤੁਹਾਨੂੰ ਚਟਾਕੇ ਮਾਰਦਾ ਹੈਗਾ ਲੁੱਟਦਾ ਹੈਗਾ, ਨਾਲ ਮਿੱਠੀਆਂ ਮਿੱਠੀਆਂ ਸੁਣਾਊਗਾ ਕੂੜ ਮਿੱਠਾ ਮਾਖਿਓ ਮਿੱਠਾ ਕੂੜ ਡੁੱਬੇ ਪੂੜ, ਜਿੱਦਾਂ 1984 ਚ ਪੂੜ ਡੁੱਬੇ ਸੀ ਉੱਥੇ ਦਿੱਲੀ ਚ। ਤੇ ਇਸ ਕਰਕੇ ਜਿਹੜਾ ਗੁਰਮੁਖ ਹੈਗਾ ਨਾ ਕੋਈ ਕੋਈ ਰਿਟਾਇਰਡ ਆਦਮੀ ਹੋਵੇ ਜਾਂ ਕੋਈ ਹੋਰ ਹੋਵੇ ਜਿਹਨੂੰ ਚਾਹ ਹੋਵੇ ਉਹ ਪਾਠ ਕਰਿਆ ਕਰੇ, ਉਹ ਤੁਹਾਨੂੰ ਕੁਛ ਦੱਸ ਸਕਦਾ ਹੈਗਾ ਕਿ ਉਹਨੂੰ ਆਪ ਨੂੰ ਵੀ ਤਾਂਘ ਹੈਗੀ ਸਿੱਖਣ ਦੀ। ਇਹ ਗ੍ਰੰਥੀਆਂ ਨੂੰ ਤਾਂ ਹੈ ਨਹੀਂ ਕਿ ਤਾਂਘ ਸਿੱਖਣ ਦੀ, ਉਹਨਾਂ ਨੂੰ ਤਾਂ ਪੈਸਾ ਚਾਹੀਦਾ ਹੈਗਾ, ਉਹ ਤਾਂ ਪੜ੍ਹ ਕੇ ਤਾਂ ਆਪਣੇ ਵਿਆਖਿਆ ਕਰ ਨਹੀਂ ਸਕਦੇ। ਸੋਚਿਆ ਸੋਚਣਾ ਹੋਏ ਜੇ ਸੋਚੀ ਲਖਵਾਰ, ਇਹਦੀ ਵਿਆਖਿਆ ਕੋਈ ਨਹੀਂ ਕਰ ਸਕਦਾ। ਜੇ ਕਿਸੇ ਨੂੰ ਹੈ ਇਹ ਚੈਲੇਂਜ ਮੈਂ ਦਿੰਦਾ, ਜੇ ਕੋਈ ਵਿਆਖਿਆ ਕਰ ਸਕਦਾ ਇਹਦੀ ਤਾਂ ਮੈਨੂੰ ਕਰਕੇ ਜਵਾਬ ਦੇਵੇ ਤੇ ਮੈਂ ਫਿਰ ਉਹਦਾ ਬੜਾ ਧੰਨਵਾਦ ਹੋਵਾਂਗਾ। ਇਹਦੇ 'ਚ ਹੈਗਾ ਵੀ ਕਿਸੇ ਦੀ ਜੋ ਜਿਹਨੂੰ ਮਿਲਦਾ ਹੈਗਾ ਉਹਨੂੰ ਮਿਲਦਾ ਹੈਗਾ ਨਾਮ, ਤੇ ਉਹਨੂੰ ਹੀ ਪਤਾ ਉਹਦੀ ਕਦਰ ਦਾ।